ਅੱਛਾ ਤੁਸੀਂ ਰਕਸ਼ਾ ਚਲਾਉਣ ਦਾ ਕੰਮ ਕਰਦੇ ਹੋ ਹਾਂਜੀ ਤੇ ਸਰ ਕਿਵੇਂ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਕਰੋਨਾ ਮਹਾਮਾਰੀ ਲੱਗ ਰਹੀ ਜਿਵੇਂ ਹੈਗੀ ਆ ਔਖਾ ਹੀ ਆ ਜੀ ਕੰਮਕਾਰ ਹੈ ਨਹੀਂ ਬਹੁਤ ਮੰਦਾ ਕੰਮਕਾਰ ਚੱਲ ਰਿਹਾ ਜੀ कोरोना महामारी नाल अज हर एक वर्ग प्रभावित हो रहा है जिथे कोरोना का असर दुकानदार नौकरियां ते कामकाज करन वाले वर्ग ते देखन नूं मिल रहा है ओथे ही अपने हाथ नाल सवारियां वाला रिक्शा खींचण वाले रिक्शा वर्करा ते भी इस कोरोना महामारी दा बहुत बुरा असर पै रहा है। इस कोरोना महामारी दे कारण उना दे घर दा चूल्हा ही मसा चलदा है। उना नूं इस औखी घड़ी विच अपने घर दा गुजारा करना बड़ा औखा हो रहा है। इस मौके रिक्शा वर्करा ने पत्रकारां नाल गल्लबात करदिआं दस्सिआ कि कोरोना महामारी दी इस मुश्किल घड़ी विच ना ही किसे समाज सेवी राजनीतिक लीडर जा फिर किसी भी सरकार ने ओना दी सार नहीं ली है। हाँ जी की नाम है तुहाडा जी? सोनी सिंह जी। अच्छा तुसी रक्षा चलाउण दा काम करदे हो? हाँ जी। ते सर किवें तुहाडे घर दा गुजारा किवें चल रहा कोरोना महामारी लग रही जिवें हैगी आ? औखा ही है कामकार है नहीं बहुत मंदा कामकार चल रहा है। सरकार ने साडी इही मंग है सानू आटो रक्षा देण जां सानू ई रिक्शा दे दे। ਹੋਰ ਕੋਈ ਸਮੱਸਿਆ ਸਰਕਾਰ ਤੱਕ ਪਹੁੰਚਾਉਣ ਵਾਸਤੇ? ਹੋਰ ਸਾਨੂੰ ਪੈਨਸ਼ਨ ਲੱਗੀ ਹੈ, ਪੈਨਸ਼ਨ ਵੀ ਨਹੀਂ ਮਿਲਦੀ। ਬਹੁਤ ਮੰਦੇ ਹਾਲ ਹੈ। ਜਿਵੇਂ ਕਿ ਦੇਖਿਆ ਜਾਵੇ ਤੁਹਾਡੀ ਜਿਹੜਾ ਹੈਗਾ ਇੱਕ ਬਾਹ ਤੇ ਵੀ ਜਿਹੜਾ ਹੈਗਾ ਨੁਕਸਾਨ ਹੋਇਆ ਹੋਇਆ, ਬਾਹ ਤੇ ਵੀ ਚੋਟ ਲੱਗੀ ਹੈ ਤੇ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਮਜ਼ਦੂਰੀ ਕਿਵੇਂ ਕਰ ਲੈਂਦੇ ਹੋ, ਮਤਲਬ ਕਿਵੇਂ ਘਰ ਦਾ ਗੁਜ਼ਾਰਾ ਕਰ ਲੈਂਦੇ ਹੋ? ਬਸ ਐਂ ਟਾਈਮ ਪਾਸ ਕਰਦੇ ਹਾਂ। हांजी की नाम है तुहाडा जी? ਇੰਦਰ ਸਿੰਘ ਜੀ। अच्छा ते तुसी रक्षा चलाउण दा काम करदे हो? हां रक्षा चलाउणे। ਤੇ ਸਰ ਤੁਹਾਡਾ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਬਾ ਜੀ ਕੰਮ ਦਾ ਬੰਦਾ ਧੰਦਾ ਹੈਗਾ, ਬਾ 150 ਬਣਦਾ ਜੀ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਹਰਵੀਰ ਸਿੰਘ ਜੀ। ਅੱਛਾ ਤੇ ਤੁਸੀਂ ਜਿਹੜਾ ਹੈਗਾ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਹੋ? ਹਾਂ ਸਰ ਜੀ, ਰਿਕਸ਼ਾ ਚਲਾਉਣੇ ਜੀ। ਤੇ ਸਰ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਜਿਹੜਾ ਹੈਗਾ ਇਸ ਲੋਕਡਾਊਨ ਕੋਰੋਨਾ ਬਿਮਾਰੀ ਦੇ ਦੌਰਾਨ? ਸਾਨੂੰ ਬਹੁਤ ਸਮੱਸਿਆ ਆ ਰਹੀ ਹੈ ਜੀ, ਕੀਰ ਕੇ ਜਿਹੜੀ ਮਜਬੂਰੀ ਹੈ ਜੀ, ਇੱਕ ਲੱਖ ਹੋਣ ਕਰਕੇ ਵੀ ਅਸੀਂ ਅਸਾਂ ਦੀ ਮਿਹਨਤ ਕਰ ਰਹੇ ਹਾਂ ਜੀ। ਇੱਥੇ ਚੰਗੇ ਬਣੇ ਜੀ ਲੋਕ, ਜਿਹੜੇ ਕੰਮ ਕਰ ਲੈ ਉਹ ਠੱਗੀਆਂ ਮਾਰਦੇ ਆ ਜੀ, ਚੋਰੀਆਂ ਕਰਦੇ ਡਾਕੇ ਮਾਰਦੇ, ਅਸੀਂ ਉਹਨਾਂ ਨਾਲ ਵੀ ਠੀਕ ਹੈ ਜੀ, ਅਸੀਂ ਮਿਹਨਤ ਨਾਲ ਗੁਜ਼ਾਰਾ ਕਰਦੇ, ਬੱਚੇ ਪਾ ਰਹੇ ਹਾਂ। ਨਹੀਂ ਇਸ ਕੋਰੋਨਾ ਬਿਮਾਰੀ ਨਾਲ ਤੁਹਾਡੇ ਘਰ ਦੇ ਜਿਹੜਾ ਹੈਗਾ ਵੀ ਰਾਸ਼ਨ ਪਾਣੀ ਤੇ ਜਾਂ ਕੋਈ ਜਿਹੜਾ ਗੁਜ਼ਾਰਾ ਕਰਨ ਵੇਲੇ ਵੀ ਕੁਝ ਔਖਾਈ ਆ ਰਹੀ ਹੈ? ਹਾਂਜੀ ਬਹੁਤ ਮੁਸ਼ਕਲ ਹੈ, ਸਾਨੂੰ ਪਤਾ ਜੀ ਅਸੀਂ ਬੱਚੇ ਕੇ ਕਰਦੇ ਹਾਂ, ਕਿਸੇ ਕੋਲ ਹੱਥ ਲੱਗਣਾ ਹੁੰਦਾ ਫਿਰ ਵੀ ਅਸੀਂ ਆਪਦੀ ਮਿਹਨਤ ਕਰ ਰਹੇ ਹਾਂ ਜੀ, ਕਿਸੇ ਕੋਲ ਜਾਂਦੇ ਹਾਂ ਕੁਛ ਨਹੀਂ ਦਿੰਦਾ ਜੀ, ਅਸੀਂ ਆਪਦੀ ਮਿਹਨਤ ਕਰਕੇ ਫਿਰ ਰਸਤੇ ਚਲਾ ਕੇ 100-150 ਰੁਪਏ ਬੰਦਾ ਜੀ ਕਰਕੇ ਅਸੀਂ ਆਪਦੇ ਬੱਚੇ ਪਾ ਰਹੇ ਹਾਂ। ਜਿਵੇਂ ਸਰਕਾਰ ਕਹਿੰਦੀ ਹੈ ਕਿ ਮਜ਼ਦੂਰਾਂ ਨੂੰ ਤੇ ਹੋਰ ਦਿਹਾੜੀਦਾਰਾਂ ਨੂੰ ਜਿਹੜਾ ਹੈਗਾ ਕਾਫੀ ਸਾਡੇ ਵੱਲੋਂ ਖਰਚੇ ਭੇਜੇ ਜਾ ਰਹੇ ਆ ਥਾਂ ਥਾਂ ਵੀ ਜਿਨ੍ਹਾਂ ਨੇ ਅਕਾਊਂਟ ਖੁਲਵਾਏ ਹੋਏ ਨੇ, ਤੇ ਕੀ ਤੁਹਾਡੇ ਨਾਲ ਵੀ ਕੋਈ ਤੁਹਾਡੇ ਕੋਲ ਵੀ ਕੋਈ ਸਹਾਇਤਾ ਆਈ ਹੈ ਇਹੋ ਜੀ? ਸਾਨੂੰ ਕੋਈ ਸਹਾਇਤਾ ਨਹੀਂ ਆਈ ਜੀ, ਸਾਨੂੰ ਕੋਈ ਸਹਾਇਤਾ ਪੈਨਸ਼ਨ ਜ਼ਰੂਰ ਲੱਗੀ ਆ ਜੀ, ਪੈਨਸ਼ਨ ਆਉਂਦੀ ਆ ਮਹੀਨੇ ਬਾਅਦ ਆ ਜੀ, ਉਹਦੇ ਨਾਲ ਸਾਡਾ ਬੱਚੇ ਆ ਪਾ ਲੈਂਦੇ ਆ ਜੀ, ਕੁੜੀਆਂ ਪੜ੍ਹਦੇ ਆ, ਕੁੜੀਆਂ ਮਜ਼ਾ ਪੜ੍ਹਦੀਆਂ ਜੀ, ਕਿਤਾਬਾਂ ਲੈ ਕੇ ਬੱਚੇ ਕਿਤਾਬਾਂ ਲੈ ਕੇ ਸਭ ਕੁਝ ਲੈਣਾ ਸੀ, ਬਹੁਤ ਮੁਸ਼ਕਲ ਆ ਸਾਡੀ ਯਾਦ ਆ। ਜਿਹੜੀ ਸਰਕਾਰ ਵੀ ਖਰਚਾ ਭੇਜਦੀ ਆ ਉਹ ਦੁਨੇ ਸਾਨੀ ਰਹਿ ਜਾਂਦਾ, ਗਰੀਬਾਂ ਕੋਲ ਤਾਂ ਪਹੁੰਚਦਾ ਨਹੀਂ, ਨਾ ਰੱਖਿਆ ਕੋਲੇ ਪਹੁੰਚੇ ਨਾ ਜੀ, सेवा प्रदान नहीं की सरकार जी, ना लिख लेंगे नजायज फालतू लिख के लै जाते खर्चा देव कोई खर्चा नहीं लगता। बाकी तुहाडी होर कोई जिहड़ा हैगा उह सरकार तुहाडी नहीं कर रही? पढ़े लिखे हुण सार फिर आदमी मेहनत कर रहे हैं जी, मेहनत करके खाने जी, खाने भी थोड़े बंदे गर्मी बहुत ज़्यादा, ब्लड भी
ਡਾਊਨ ਹੋ ਜਾਂਦੇ ਕਈ ਵਾਰ ਕਿਸੇ ਨੇ ਸੋਚਿਆ ਹੀ ਨਹੀਂਗਾ ਵੀ ਰੱਖੇ ਵਾਲੇ ਹੋਈਏ ਨਾ ਰੱਖੇ ਵਾਲੇ ਤੱਕ ਸੋਚਿਆ ਹੀ ਨਹੀਂ ਕਿਸੇ ਨੇ ਅੱਜ ਤੱਕ ਕੋਈ ਗਰੀਬ ਦਾ ਹੱਲ ਨਹੀਂ ਹੋਇਆ ਕਿ ਕਹਿੰਦਾ ਵੀ ਨਾ ਲੈ ਕੇ ਲੈ ਜਾਂਦੇ ਬਿਮਾਰੀ ਦੇ ਵਿੱਚ ਅਸੀਂ ਜਮ੍ਹਾਂ ਫੇਲ ਹੋਏ ਪਏ ਹਾਂ ਜਮ੍ਹਾਂ ਖਤਮ ਹੋਏ ਪਏ ਹਾਂ 700 ਜਿਹੜੇ 10 ਰੁਪਏ ਉਹ ਵੀ ਨਹੀਂ ਵਾਪਸ ਸੀ ਉਹ ਵੀ ਸਾਡੇ ਸਿਰ ਹੀ ਪੈ ਜਾਂਦੇ ਆ ਉਹ ਵੀ ਕਾਹ ਸੋ ਜਿਹੜੇ ਵੱਡੇ ਉਹ ਵਿਆਜ ਲਾਉਣ ਲੱਗ ਚੱਕਰ ਪੈਂਦੇ ਆ जिहड़ी तुहाडा सवारी चार्ज है भी कोई इस बीमारी दौरान कुछ वह भी खर्चा वधिया कि मतलब उही है कि घटिया बहुत ज्यादा घटिया जी है जी कम तो जी बस कितने की जे कितों कि दिहाड़ी च लग गए बंदे कोई 40-50 बना लेना 40-50 ना उधर किसी पास भी आ मैं अपने मोढ़िया ते गोढ़िया तो बहुत दुखी सी मेरे लिए तो तुरना फिरना भी इन्ना औखा होया सी मैं दस भी नहीं सकता पर जब तो मैनू ही रिलीफ मिले 2.5-3 महीने इस्तेमाल करने तो बाद गोडे भी ओके मोडे भी ओके जी तुसी भी किसी इस तरह की बीमारी तो परेशान हो तो बेझिझक होकर इस तरह इस्तेमाल करो सिर्फ 2.5-3 महीने ये 125 बीमारियों तक के इलाज कर सकता है ही रिलीफ हमेशा याद रखो बस कुछ दिनों तो मैनू बालों की बड़ी समस्या सी मेरे बाल झड़ने शुरू हो गए सी मैनू मेरे दोस्त ने ऑयल फी रिलीफ वाले दस्या मैं ये तेल 3 महीने लाना अपने सिर पर अप्लाई किया ये बिल्कुल आयुर्वैदिक तेल है यदा कोई साइड इफेक्ट नहीं है तो मेरे बाल जड़े गंजपन पैना शुरू हो गया से दोबारा आने लग गए तो मैनू तो बड़ा फायदा दिता इसने जो थानू भी किसी इस तरह की प्रॉब्लम का सामना कर रहे हो तो यह तेल लाना ना भुलो कितना कि असी अपने बालों करके शर्म फील करते हैं कि सोसाइटी बैठे हैं कि कोई मजाक ना कर रहा है पर थैंक्स टू फ्री लीफ जिन्हें मेरा एक कॉन्फिडेंस बिल्ड किया जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो वो भी मैं बड़ा रिलीफ मिले ये यूज़ करो तो मैं प्रैक्टिकल यूज़ कर रहा